ਰੋਪੜ ਪੁਲਿਸ ਨੇ ਗੈਂਗਸਟਰ ਮਨਦੀਪ ਮੰਨਾ ਨੂੰ ਅਸਲੇ ਸਮੇਤ ਕਾਬੂ ਕਰ ਲਿਆ। ਐਸਐਸਪੀ ਰੋਪੜ ਨੇ ਦੱਸਿਆ ਕਿ ਜ਼ਿਲ੍ਹੇ ਦੀ ਪੁਲਿਸ ਨੇ ਹੁਣ ਤੱਕ 6 ਖਤਰਨਾਕ ਗੈਂਗਸਟਰਾਂ ਨੂੰ ਫੜ ਕੇ ਜੇਲ੍ਹ ਭੇਜਿਆ ਹੈ। ਐਸਐਸਪੀ ਰੋਪੜ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੁਲਿਸ ਨੇ ਮਨਦੀਪ ਉਰਫ ਮੰਨਾ ਨਾਮੀ ਗੈਂਗਸਟਰ ਨੂੰ 2 ਪਿਸਤੌਲ, 32 ਬੋਰ ਅਤੇ ਕੁਝ ਜ਼ਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ। ਇਸ ਦਾ ਗੈਂਗ ਪਿਛਲੇ ਸਾਲਾਂ ਤੋਂ ਅੰਮ੍ਰਿਤਸਰ, ਤਰਨ ਤਾਰਨ ਅਤੇ ਅਜਨਾਲਾ ਇਲਾਕੇ ਵਿੱਚ ਸਰਗਰਮ ਸੀ। ਪੁਲਿਸ ਨੇ ਦੱਸਿਆ ਕਿ ਗੈਂਗਸਟਰ ਮੰਨਾ ਅਤੇ ਪੱਟੀ ਵਿੱਚ ਗੋਲੀਆਂ ਚਲਾਉਣ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਸੀ। ਪੁਲਿਸ ਨੇ ਦਾਅਵਾ ਕੀਤਾ ਕਿ ਪਿਛਲੇ 9 ਮਹੀਨਿਆਂ ਵਿੱਚ 6 ਨਾਮੀ ਗੈਂਗਸਟਰ ਕਾਬੂ ਕੀਤੇ ਗਏ ਹਨ। ਸੀਆਈ ਦੀ ਟੀਮ ਜਿਹੜੀ ਹੈ ਰੋਪੜ ਪੁਲਿਸ ਦੀ, ਇਹਨਾਂ ਦੇ ਕੋਲ ਇਨਫੋਰਮੇਸ਼ਨ ਸੀਗੀ ਕਿ ਮਨਦੀਪ ਮੰਨਾ ਜਿਹੜਾ ਤਰਨ ਤਾਰਨ ਦਾ ਰਹਿਣ ਵਾਲਾ ਹੈ, ਸਾਂਸੀ ਗਰੁੱਪ ਦਾ ਐਕਟਿਵ ਮੈਂਬਰ ਸੀਗਾ, ਇਹ ਬਾਹਰ ਹੈ ਅਤੇ ਰੇਕੀ ਵਗੈਰਾ ਕਰ ਰਿਹਾ ਹੈ ਰੋਪੜ 'ਚ, ਕਿਉਂਕਿ ਇੱਥੇ ਜੱਗੂ ਬਾਬਲਪੁਰੀਆ ਜਿਹੜਾ ਹੈ ਉਹ ਬੰਦ ਸੀਗਾ ਹਾਲੇ ਤੱਕ, ਹੁਣ ਤਾਂ ਸ਼ਿਫਟ ਹੋ ਗਿਆ ਉਹ, ਅਤੇ ਇਹਨਾਂ ਦੀ ਗੈਂਗ ਰਾਈਵਲਰੀ ਸੀਗੀ ਉਹਨਾਂ ਨਾਲ ਆਪਸ 'ਚ, ਗੋਲੀਬਾਰੀ ਵੀ ਕਾਫੀ ਇਹਨਾਂ ਨੇ ਪਿਛਲੇ ਕੁਝ ਸਾਲਾਂ ਤੋਂ ਆਪਸ 'ਚ ਇਹਨਾਂ ਦੀ ਲੜਾਈ ਵੀ ਹੋਈ ਹੈ, 2-3 ਲੋਕ ਮਾਰੇ ਵੀ ਗਏ ਇਹਨਾਂ ਨੇ, ਅਤੇ ਆਰਮਸ ਐਕਟ 'ਚ ਗ੍ਰਿਫਤਾਰ ਕੀਤਾ। ਕੀ ਇਹਦੇ ਕੋਲੋਂ ਸਰ ਬਰਾਮਦ ਹੋਇਆ? 32 ਬੋਰ ਦਾ, 2 32 ਬੋਰ ਦੇ ਪਿਸਤਲ ਬਰਾਮਦ ਹੋਏ ਅਤੇ ਜ਼ਿੰਦਾ ਕਾਰਤੂਸ ਸੀਗਾ। ਖਰੜ ਤੋਂ ਡੇਵਿਡ ਵਰਮਾ ਦੀ ਰਿਪੋਰਟ।